ਸੋਹਣੇ ਸੋਹਣੇ ਸੂਟ ਦਵਾਉਂਦਾ ਰੇ ਜੱਟੀ ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਅੱਜ ਮੈਂ ਬਣਾਉਣ ਲੱਗੀ ਹਾਂ ਯੂਟਿਊਬ ਕਲੈਕਸ਼ਨ ਸੂਟ ਕਲੈਕਸ਼ਨ ਇਹਦੇ ਦਿਨਾਂ ਨੂੰ ਮੈਂ ਕੋਈ ਵਲੌਗ ਨਹੀਂ ਬਣਾਇਆ ਇਸ ਕਰਕੇ ਮੇਰਾ ਦਿਮਾਗ ਥੋੜ੍ਹਾ ਥੋੜ੍ਹਾ ਮਿਸ ਮਾਰ ਰਿਹਾ ਅੱਜ ਆਪਾਂ ਕਰਨ ਵਾਲੇ ਹਾਂ ਸੂਟ ਕਲੈਕਸ਼ਨ ਅਤੇ ਆਈ ਐਮ ਵੈਰੀ ਸੋਰੀ ਕਿ ਮੈਂ ਬਹੁਤ ਦਿਨਾਂ ਤੋਂ ਕੋਈ ਵਲੌਗ ਨਹੀਂ ਬਣਾਇਆ ਕਿਉਂਕਿ ਮੈਂ ਆਪਣੇ ਨਾਨਕੇ ਗਈ ਸੀ ਅਤੇ ਮੈਂ ਗੁਰਦੁਆਰੇ ਸਾਹਿਬ ਮੱਥਾ ਟੇਕਣ ਗਈ ਸੀ ਜਿੱਥੇ ਕਿ ਮੈਂ ਵਲੌਗ ਸ਼ੂਟ ਨਹੀਂ ਕਰ ਪਾਈ ਕਿਉਂਕਿ ਅਸੀਂ ਮੱਥਾ ਟੇਕਣ ਗਏ ਸੀ ਇਸ ਕਰਕੇ ਉਹਦੇ ਲਈ ਕੰਨ ਫੜ ਕੇ ਸੋਰੀ ਆ ਕਿ ਇੰਨੇ ਦਿਨਾਂ ਤੋਂ ਕੋਈ ਵਲੌਗ ਨਹੀਂ ਆਇਆ ਅਤੇ ਹੁਣ ਮੈਂ ਅਪਡੇਟ ਰਵਾਂਗੀ ਯੂਟਿਊਬ 'ਤੇ ਅਤੇ ਉਹਦੇ ਲਈ ਸੋਰੀ ਆ ਸਾਰਿਆਂ ਨੂੰ ਅਤੇ ਯੈਸ ਤੁਹਾਡੇ ਸਾਰਿਆਂ ਲਈ ਇੱਕ ਸਰਪ੍ਰਾਈਜ਼ ਆ ਜਿਹੜਾ ਕਿ ਨੈਕਸਟ ਵਲੌਗ 'ਚ ਤੁਹਾਨੂੰ ਮਿਲੇਗਾ ਜਿਹੜਾ ਕਿ ਤੁਸੀਂ ਮੈਨੂੰ ਦਿੱਤਾ ਆ ਬਟ ਤੁਹਾਨੂੰ ਨਹੀਂ ਪਤਾ ਕਿ ਉਹ ਕੀ ਸਰਪ੍ਰਾਈਜ਼ ਆ ਅਤੇ ਉਹ ਮੈਂ ਨੈਕਸਟ ਵਲੌਗ 'ਚ ਦੱਸਾਂਗੀ ਕਿ ਉਹ ਕੀ ਸਰਪ੍ਰਾਈਜ਼ ਸੀ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣਾ ਸੂਟ ਕਲੈਕਸ਼ਨ ਜੋ ਕਿ ਬੜੀਆਂ ਜ਼ਿਆਦਾ ਕੁੜੀਆਂ ਮੇਰੀਆਂ ਭੈਣਾਂ ਨੇ ਮੈਨੂੰ ਰਿਕੁਐਸਟ ਕੀਤੀ ਸੀ ਕਿ ਸੂਟ ਕਲੈਕਸ਼ਨ ਬਣਾਓ ਅਤੇ ਮੈਂ ਸੂਟ ਕਲੈਕਸ਼ਨ ਬਣਾਇਆ ਆ ਹਾਂ ਸ਼ੀਰੋ ਕਹਿੰਦੇ ਮੇਰੇ ਵੀ ਸੂਟ ਹੈ ਇਹਦੇ 'ਚ ਅਤੇ ਆਹ ਸੂਟ ਕਲੈਕਸ਼ਨ ਵੀਰਾਂ ਲਈ ਵੀ ਆ ਮਤਲਬ ਕਿ ਜਿਹਨਾਂ ਦੀ ਵਾਈਫ ਹੋਣਗੀਆਂ ਜਾਂ ਜਿਹਨਾਂ ਦੀਆਂ ਭੈਣਾਂ ਹੋਣਗੀਆਂ ਜਾਂ ਜਿਹਨਾਂ ਦੀਆਂ ਸਹੇਲੀਆਂ ਹੋਣਗੀਆਂ ਉਹਨਾਂ ਨੂੰ ਦਿਖਾ ਸਕਦੇ ਆ ਕਿੰਨੇ ਸੋਹਣੇ ਸੋਹਣੇ ਸੂਟ ਆ ਦੇਖ ਲਓ ਅਤੇ ਸਾਡੇ ਕੋਲ ਤੁਹਾਨੂੰ ਹਰ ਟਾਈਪ ਦੇ ਸੂਟ ਮਿਲਣਗੇ ਅਤੇ ਗਾਈਜ਼ ਮੇਰੇ ਕੋਲ ਹਰ ਤਰ੍ਹਾਂ ਦੇ ਸੂਟ ਆ ਲਾਈਕ ਡਿਜ਼ਾਈਨਰ ਅਤੇ ਨੋਰਮਲ ਵੇਅਰ ਇਹਨੂੰ ਚੁੱਪ ਕਰਾ ਲਿਆ ਨਹੀਂ ਤਾਂ ਮੈਂ ਨਹੀਂ ਵਲੌਗ ਬਣਾਉਣਾ ਹਟਦੇ ਨਹੀਂ ਥੋੜੀ ਦੇਰ ਹੀ ਚੁੱਪ ਰਹਿਣਾ ਬਾਅਦ ਠੰਡਾ ਰੱਖ ਲਓ ਅਤੇ ਗਾਈਜ਼ ਵਲੌਗ ਨੂੰ ਆਪਾਂ ਕਰਦੇ ਹਾਂ ਸਟਾਰਟ ਮੇਰੇ ਕੋਲ ਡਿਜ਼ਾਈਨਰ ਸੂਟਸ ਵੀ ਨੇ ਅਤੇ ਨੋਰਮਲ ਵੇਅਰ ਵੀ ਨੇ ਅਤੇ ਕੁਛ ਮੇਰੇ ਮੰਮੀ ਦੇ ਪਸੰਦ ਦੇ ਨੇ ਕੁਛ ਮੇਰੇ ਪਸੰਦ ਦੇ ਨੇ ਕੁਛ ਨਹੀਂ ਮੇਰਾ ਟਾਈਮ ਵੇਸਟ ਕੀਤੇ ਵਲੌਗ ਨੂੰ ਕਰਦੇ ਹਾਂ ਸਟਾਰਟ ਪਹਿਲਾਂ ਹੀ ਬਹੁਤ ਜ਼ਿਆਦਾ ਟਾਈਮ ਵੇਸਟ ਕਰ ਚੁੱਕੇ ਹਾਂ ਆਪਾਂ ਅਤੇ ਯੈਸ ਕਿੱਧਰੋਂ ਸਟਾਰਟ ਕਰਨਾ ਗਾਈਜ਼ ਇਹ ਅੱਧੀ ਕਲੈਕਸ਼ਨ ਆ ਮਤਲਬ ਕਿ ਪਾਰਟ 1 ਆਪਾਂ ਬਣਾ ਰਹੇ ਹਾਂ ਪਾਰਟ 1 ਆਪਾਂ ਬਣਾ ਰਹੇ ਹਾਂ ਅਤੇ ਪਾਰਟ 2 ਬਹੁਤ ਜਲਦੀ ਲੈ ਕੇ ਆਵਾਂਗੇ ਸਭ ਤੋਂ ਪਹਿਲਾਂ ਜਿਹੜਾ ਡਿਜ਼ਾਈਨਰ ਸੂਟਸ ਦਾ ਕਲੈਕਸ਼ਨ ਹੈ ਮੈਂ ਉਹ ਤੁਹਾਨੂੰ ਦਿਖਾਉਣ ਲੱਗੀ ਹਾਂ ਜਿੱਤੇ ਨੰਬਰ 1 ਕਿੱਧਰੋਂ ਸਟਾਰਟ ਕਰੀਏ ਹਾਂ ਨੰਬਰ 1 ਆਹ ਸੂਟ ਬਲੂ ਕਲਰ 'ਚ ਆ ਜਿਹੜਾ ਕਿ ਤੁਸੀਂ ਸਾਰਿਆਂ ਨੇ ਮੈਨੂੰ ਯਾਰ ਇਹਨੂੰ ਕੱਢ ਦੇ ਪਲੀਜ਼ ਵਲੌਗ ਨਹੀਂ ਟੱਕਰ ਟੱਕਰ ਨੰਬਰ 1 ਤੇ ਆਉਂਦਾ ਆ ਬਲੂ ਸੂਟ ਜਿਹੜਾ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਇੱਥੇ ਹੈਂਡ ਵਰਕ ਹੋਇਆ ਆ ਅਤੇ ਆਹ ਡਿਜ਼ਾਈਨਰ ਸੂਟ ਆ ਮੈਂ ਡਿਜ਼ਾਈਨਰ ਸੂਟਸ ਦੀ ਜਦੋਂ ਕਲੈਕਸ਼ਨ ਖਤਮ ਹੋਏਗੀ ਅਤੇ ਮੈਂ ਤੁਹਾਨੂੰ ਉਹ ਤੋਂ ਬਾਅਦ ਦੱਸਾਂਗੀ ਕਿ ਆਹ ਮਤਲਬ ਕਿਹੜੇ ਡਿਜ਼ਾਈਨਰ ਨੇ ਜਿਹੜੇ ਮੇਰੇ ਫੇਵਰੇਟ ਆ ਅਤੇ ਤੁਸੀਂ ਵੀ ਉੱਥੋਂ ਬਾਏ ਕਰ ਸਕਦੇ ਹੋ ਇੰਨਾ ਪਲੇਨ ਸਲਵਾਰ ਆ ਅਤੇ ਆਹ ਦੁਪੱਟਾ ਆ ਜਿਹਦੇ ਕਿ ਕਿਨਾਰੀ 'ਤੇ ਵਰਕ ਹੋਇਆ ਹੋਇਆ ਆ ਐਵੇਂ ਕਰ ਅਤੇ ਨੈਕਸਟ ਸੂਟ ਆ ਮੈਂ ਹੁਣੇ ਆਪਣੀ ਰੀਸੈਂਟ ਪਿਕਚਰਸ 'ਚ ਪਾਇਆ ਸੀਗਾ ਤੁਸੀਂ ਦੇਖਿਆ ਹੋਣਾ ਜਿੱਥੇ ਆਹ ਕਢਾਈ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ 'ਤੇ ਬਹੁਤ ਹੀ ਜ਼ਿਆਦਾ ਪਿਆਰਾ ਵਰਕ ਹੋਇਆ ਆ ਮਤਲਬ ਬਹੁਤ ਬਰੀਕੀ ਨਾਲ ਵਰਕ ਹੋਇਆ ਆ ਪਰਦੇ ਬਣੇ ਆ ਚਿੜੀਆਂ ਬਣੀਆਂ ਆ ਅਤੇ ਆਹ ਕਣਕ ਬਣੀ ਆ ਕਣਕ ਅਤੇ ਆਹ ਸੂਟ ਵੀ ਮੇਰੀ ਡਿਜ਼ਾਈਨਿੰਗ ਕਲੈਕਸ਼ਨ 'ਚੋਂ ਆ ਜਿਹੜਾ ਮੈਂ ਥੋੜ੍ਹੇ ਦਿਨ ਪਹਿਲਾਂ ਪਾਇਆ ਸੀ ਅਤੇ ਆਹ ਬਲੈਕ ਸੂਟ ਆ ਜਿਹਦੇ ਵਰਕ ਹੋਇਆ ਆ ਨੀਚੇ ਅਤੇ ਬਾਜੂ ਦੇ ਬਾਰਡਰਸ 'ਤੇ ਵਰਕ ਹੋਇਆ ਆ ਅਤੇ ਆਹ ਆਈ ਥਿੰਕ ਮੈਨੂੰ ਕੱਪੜਾ ਨਹੀਂ ਪਤਾ ਕਿਹੜਾ ਆ ਬਟ ਬਹੁਤ ਹੀ ਜ਼ਿਆਦਾ ਘੈਂਟ ਕੱਪੜਾ ਆ ਤੁਸੀਂ ਗਰਮੀਆਂ 'ਚ ਵੀ ਵੇਅਰ ਕਰ ਸਕਦੇ ਹੋ ਬਹੁਤ ਕੰਫਰਟੇਬਲ ਅਤੇ ਇਹਦੇ ਨਾਲ ਆਹ ਦੁਪੱਟਾ ਆ ਜਿੱਥੇ ਕਿ ਆਹ ਲੈਸਾਂ ਵਗੈਰਾ ਲੱਗੀਆਂ ਆ ਅਤੇ ਆਹ ਵੀ ਬਹੁਤ ਅਤੇ ਨੈਕਸਟ ਸੂਟ ਆ ਯੈਲੋ ਕਲਰ ਦਾ ਜਿਹਦੇ ਨਾਲ ਆਹ ਦੁਪੱਟਾ ਆ ਪਲੇਨ
ਤੇ ਜਿੱਤੇ ਆ ਵਰਕ ਹੋਇਆ ਆ ਬਹੁਤ ਜ਼ਿਆਦਾ ਪਿਆਰਾ ਥੋੜੇ ਦਿਨ ਪਹਿਲਾਂ ਮੈਂ ਪਾਇਆ ਸੀ ਇਹ ਵੀ ਬਹੁਤ ਜ਼ਿਆਦਾ ਸੋਹਣਾ ਆ ਇਹਦਾ ਨਾਰਮਲ ਸਲਵਾਰ ਆ ਆਫ ਵਾਈਟ ਕਲਰ ਉਸ ਤੋਂ ਬਾਅਦ ਆ ਸੂਟ ਜਿਹਨਾਂ ਆਰੇਂਜ ਕਲਰ ਦਾ ਦੁਪੱਟਾ ਆ ਤੇ ਜਿੱਤੇ ਹੈਂਡ ਵਰਕ ਹੋਇਆ ਆ ਤੇ ਆ ਇਹਦੇ ਲਟਕਣ ਆ ਤੇ ਆ ਇਹਦੇ ਨਾਲ ਪਲਾਜ਼ੋ ਆ ਸਕਰਟ ਟਾਈਪ ਪਲਾਜ਼ੋ ਆ ਤੇ ਆ ਦੁਪੱਟਾ ਮੈਂ ਤੁਹਾਨੂੰ ਦੱਸ ਦਿੱਤਾ ਆ ਮੈਂ ਜਸਕੀਰਤ ਦੀ ਵੈਡਿੰਗ ਤੇ ਵੇਅਰ ਕੀਤਾ ਸੀ ਬੜੇ ਜਣਿਆਂ ਨੇ ਨੋਟਿਸ ਕੀਤਾ ਹੋਣਾ ਆ ਤੇ ਉਹ ਆ ਸੂਟ ਸੀ ਤੇ ਨੈਕਸਟ ਆ ਉੱਥੇ ਹੀ ਪਿਆ ਸੋਰੀ ਕਿਉਂਕਿ ਸ਼ਾਇਦ ਮੈਂ ਆ ਥੋੜ੍ਹੇ ਦਿਨ ਪਹਿਲਾਂ ਪਾਇਆ ਸੀ ਥੋੜ੍ਹੇ ਦਿਨ ਪਹਿਲਾਂ ਨਹੀਂ 2 ਦਿਨ ਪਹਿਲਾਂ ਪਾਇਆ ਅਤੇ ਐਵੇਂ ਪਿਆ ਸੀ ਅਤੇ ਪ੍ਰੈਸ ਨਹੀਂ ਹੋਇਆ ਸੋਰੀ ਅਤੇ ਉਹ ਤੋਂ ਬਾਅਦ ਆ ਬਲੂ ਸੂਟ ਜਿਹਦੇ ਵਰਕ ਹੋਇਆ ਆ ਉੱਤੇ ਉੱਤੇ ਵਰਕ ਹੋਇਆ ਅਤੇ ਉਹਦੇ ਨਾਲ ਆ ਪਲਾਜ਼ੋ ਆ ਅਤੇ ਪਲਾਜ਼ੋ ਵੀ ਐਵੇਂ ਦਾ ਡਿਜ਼ਾਇਨ ਵਾਲਾ ਤੇ ਆ ਇਹਦਾ ਦੁਪੱਟਾ ਆ ਯੈਲੋ ਤੇ ਆਇਲ ਕਲਰ ਦੇ ਕੰਬੀਨੇਸ਼ਨ ਤੇ ਆ ਜਿਹੜਾ ਮੈਂ ਤੁਹਾਨੂੰ ਸੂਟ ਦਿਖਾਇਆ ਸਾਰੇ ਡਿਜ਼ਾਈਨਰ ਸੀਗੇ ਤੇ ਆ ਵੀ ਜਦੋਂ ਖੁਸ਼ੀ ਬਾਬੀ ਵਿਵੇਕ ਭਈਆ ਦੀ ਐਨੀਵਰਸਰੀ ਸੀਗੀ ਉਦੋਂ ਮੈਂ ਆਹ ਸੂਟ ਵੇਅਰ ਕੀਤਾ ਸੀ ਪਿੰਕ ਕਲਰ ਦੀ ਸਕਰਟ ਆ ਬੈਕ ਤੇ ਇਹਦੇ ਲਟਕਣ ਆ ਤੇ ਵੀ ਹੈਂਡ ਵਰਕ ਹੋਇਆ ਆ ਤੇ ਆ ਇਹਦੇ ਨਾਲ ਗ੍ਰੇ ਕਲਰ ਦੀ ਸਿੰਪਲ ਜੀ ਸਲਵਾਰ ਹੈ ਤੇ ਪਿੰਕ ਕਲਰ ਦਾ ਦੁਪੱਟਾ ਵਿਦ ਸਿਲਵਰ ਕੀ ਕਹਿੰਦੇ ਆ ਤੇ ਆਹ 3 ਸੂਟ ਨੇ ਜਿਹੜੇ ਹਾਲੇ ਤੱਕ ਮੈਂ ਵੇਅਰ ਨਹੀਂ ਕੀਤੇ ਐਂ ਪੈਕਿੰਗ 'ਚ ਪਏ ਆ ਆਹ 20 ਡਿਜ਼ਾਈਨਰ ਸੂਟਸ ਆ ਆਹ ਮੇਰਾ ਬਹੁਤ ਜ਼ਿਆਦਾ ਫੇਵਰੇਟ ਸੂਟ ਆ ਜਿਹੜਾ ਹਾਲੇ ਤੱਕ ਮੈਂ ਵੇਅਰ ਨਹੀਂ ਕੀਤਾ ਬਲੂ ਕਲਰ ਦਾ ਤੇ ਇਹਦੇ ਨਾਲ ਆਹ ਦੁਪੱਟਾ ਆ ਜਿਹਤੇ ਬਹੁਤ ਸੋਹਣਾ ਵਰਕ ਹੋਇਆ ਆ ਮਿਰਰ ਵਰਕ ਅਤੇ ਆਹ ਦੁਪੱਟਾ ਆ ਡਬਲ ਸ਼ੇਡਿੰਗ ਅਤੇ ਇਹਦੇ ਨਾਲ ਸਟ੍ਰੇਟ ਸਲਵਾਰ ਆ ਅਤੇ ਸਲਵਾਰ 'ਤੇ ਬਹੁਤ ਜ਼ਿਆਦਾ ਪਿਆਰਾ ਵਰਕ ਹੋਇਆ ਆ ਆਹ ਮੇਰਾ ਫੇਵਰੇਟ ਸੂਟ ਆ ਜਿਹੜਾ ਕਿ ਹਾਲੇ ਮੈਂ ਵੇਅਰ ਨਹੀਂ ਕੀਤਾ ਅਤੇ ਬਹੁਤ ਜਲਦੀ ਮੈਂ ਵੇਅਰ ਕਰਕੇ ਪਿਕਸ ਸ਼ੇਅਰ ਕਰਾਂਗੀ ਇੰਸਟਾਗ੍ਰਾਮ 'ਤੇ ਹੁਣ ਜਿਹੜੇ ਮੈਂ ਤੁਹਾਨੂੰ 3 ਡਿਜ਼ਾਈਨਰ ਸੂਟ ਦਿਖਾਉਣੇ ਆ ਉਹ 3 ਹੀ ਮੇਰੇ ਫੇਵਰੇਟ ਆ ਆਹ ਜਿਹੜਾ ਨੈਕਸਟ ਸੂਟ ਆ ਉਹਦਾ ਦੁਪੱਟਾ ਆ ਪ੍ਰਿੰਟ ਆ ਅਤੇ ਮੈਨੂੰ ਪ੍ਰਿੰਟ ਬਹੁਤ ਜ਼ਿਆਦਾ ਪਸੰਦ ਆ ਕਿਉਂਕਿ ਉਹ ਕੈਰੀ ਕਰਨਾ ਬਹੁਤ ਕੈਰੀ ਕਰਨਾ ਵੀ ਅਤੇ ਉਹ ਬਹੁਤ ਮਤਲਬ ਕਿ ਬਹੁਤ ਕੰਫਰਟੇਬਲ ਹੁੰਦੇ ਆ ਪ੍ਰਿੰਟ ਸੂਟ ਅਤੇ ਆਹ ਪਲਾਜ਼ੋ ਆ ਉਹਦੇ ਨਾਲ ਅਤੇ ਆਹ ਤਾਂ ਬਸ ਅੱਤ ਹੀ ਹੋ ਗਈ ਨਾ ਅੱਤ ਵਾਓ ਬਹੁਤ ਘੈਂਟ ਸੂਟ ਆ ਅਭੀ ਮੈਂ ਬਹੁਤ ਜਲਦੀ ਇੰਸਟਾਗ੍ਰਾਮ 'ਤੇ ਪਿਕਸ ਸ਼ੇਅਰ ਕਰਾਂਗੀ ਅਤੇ ਆਪਣੇ ਡਿਜ਼ਾਈਨਰ ਕਲੈਕਸ਼ਨ ਦਾ ਆਈ ਥਿੰਕ ਹੈਗੇ ਪਹਿਲਾਂ ਹੋਰ ਕੋਈ ਗੱਲ ਨਹੀਂ ਅਤੇ ਆਹ ਪਰਪਲ ਕਲਰ ਦਾ ਸੂਟ ਹੈ ਜਿਹਦਾ ਕਿ ਦੁਪੱਟਾ ਆ ਆਹ ਅਤੇ ਆਹ ਮੈਂ ਵੇਅਰ ਕੀਤਾ ਸੀ ਕਵਰ ਸੌਂਗ ਦੇ ਵਿੱਚ ਦੇਖਿਆ ਜਿਹਦੀ ਬੈਕ ਆਇਆ ਅਤੇ ਆਹ ਫਰੰਟ ਆ ਅਤੇ ਇਹਦੇ ਨਾਲ ਪਲਾਜ਼ੋ ਆ ਅਤੇ ਇਹਦੇ ਨਾਲ ਆ ਬੈਲਟ ਆ ਇੱਥੇ ਆਪਾਂ ਕਹਿ ਸਕਦੇ ਹਾਂ ਅਤੇ ਨੈਕਸਟ ਸੂਟ ਆ ਸਕਾਈ ਬਲੂ ਕਲਰ ਦਾ ਜਿਹਦੇ ਨਾਲ ਪਿੰਕ ਕਲਰ ਦਾ ਦੁਪੱਟਾ ਆ ਅਤੇ ਬਹੁਤ ਹੀ ਜ਼ਿਆਦਾ ਘੈਂਟ ਅਤੇ ਪਲੇਨ ਜਿਹਾ ਸੂਟ ਜਿੱਦਾਂ ਦਾ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਪਲੇਨ ਸੂਟ ਅਤੇ ਉੱਧਰ ਆ ਇਹਦੇ ਨਾਲ ਪਲਾਜ਼ੋ ਆ ਅਤੇ ਇਹਨਾਂ ਦਾ ਪਿੰਕ ਦੁਪੱਟਾ ਮੈਨੂੰ ਇੱਦਾਂ ਦੀ ਫੀਲਿੰਗ ਆ ਰਹੀ ਹੈ ਕਿ ਸਾਰਿਆਂ ਨੇ ਦੇਖਿਆ ਹੋਣਾ ਮੈਂ ਵੇਅਰ ਕੀਤਾ ਸੀ ਇੰਸਟਾਗ੍ਰਾਮ ਤੇ ਆਹ ਦੁਪੱਟਾ ਆ ਅਸਲ ਜਿੱਦਾਂ ਆਪਾਂ ਕਦੇ ਸੂਟ ਲੈਣ ਨਹੀਂ ਜਾਂਦੇ ਹੁੰਦੇ ਦੁਕਾਨ 'ਤੇ ਉਹ ਨਹੀਂ ਦਿਖਾਉਂਦੇ ਹੁੰਦੇ ਐਂ ਕਰਕੇ ਸੁੱਟਦੇ ਹੁੰਦੇ ਐਂ ਅਤੇ ਆਹ ਪਰਪਲ ਕਲਰ ਦਾ ਸੂਟ ਜਿੱਤੇ ਦੁਪੱਟੇ 'ਤੇ ਵਰਕ ਹੋਇਆ ਆ ਅਤੇ ਆਹ ਉਹਦੇ ਨਾਲ ਬਹੁਤ ਹੀ ਪਿਆਰੀ ਜਿਹੀ ਸ਼ਰਟ ਆ ਪਰਪਲ ਕਲਰ ਦੀ ਅਤੇ ਆਹ ਪਰਪਲ ਕਲਰ ਦਾ ਪਲਾਜ਼ੋ ਆ ਜਿਹਦੇ ਪਲਾਜ਼ੋ ਥੱਲੇ ਨੈੱਟ 'ਤੇ ਵਰਕ ਹੋਇਆ ਆ ਬਹੁਤ ਹੀ ਜ਼ਿਆਦਾ ਸੋਹਣਾ
रेड कलर का दुपट्टा, ग्रीन कलर की शर्ट, डार्क ग्रीन कलर की, ते पटियाला सलवार, जो कि मेरे लिबास का फर्स्ट सूट सीगा। वाई पीच कलर की शर्ट, आई थिंक आ सूट मैं दिवाली पे पाया सी, पीच कलर की शर्ट। शिरो क्या है, हाथ दी होगी मतलब चक। ते पीच कलर की शर्ट नाल आ दुपट्टा जितने वर्क हुआ है बॉर्डर्स ते, ते नॉर्मल प्लेन कलर की सलवार आ, ते आ शर्ट आ जेड़ी मैं थोड़ा हूँ दिखा के हटी, कैंट सूट। सरदारी सूट होंगे, सरदारी सूट मतलब सरदारी आप कह दें जिवे पटियाला फुल सलवारा के नाल कैंट बाजू जिदी फुल होंगी आ, प्रॉपर पटियाला सलवार के नाल गलबात एंड होंगी वो सूटा की, वह मैंने बहुत ज़्यादा पसंद है। प्लाजो सूट वगैरह इन्ना मैं पसंद नहीं आ, बट मैं वो भी वेयर करती हाँ। तो नैक्स सूट आ पर्पल कलर का, आ भी मैं दिवाली पर पाया से, पता नहीं दिवाली तो नैक्सट डे पाया से, पता नहीं दिवाली पर पाया से, जेदे दुपट्टे ते वर्क होया, ते आ सलवार आ उहदे नाल प्लेन, ते कपड़े का स्टफ बहुत ज़्यादा घैंट आ, वर्क होया शर्ट ते, जिन्ना मैं ढेर लाता कट्ठे करने बहुत औखे बहुत औखे हो रही। सूट आ जिहदा दुपट्टा प्लेन आ, मतलब इहदा खलारा पा के कोई फायदा नहीं, प्लेन दुपट्टा है इदां दा, ते जिहदी शर्ट ते वर्क होया, जिन्हां नूं सिंपल सूट पसंद आ उन्हां लई आ सूट बेस्ट आ, इत्थे हैंडवर्क होया ते नॉर्मल प्लेन सलवार। और कुछ दिखाओ मैडम, की देखना चाहोगे? ते आ सूट मेरा सारिआं ने देखा ना, मम्मी दे पसंद दा सूट, ते स्टिचिंग इहनूं स्टिच कराया सी बड़ी स्पेशल पर्सन ने मेरे लिए स्पेशली, ते मतलब उन्होंने उन्होंने जिदा का पसंद से उन्होंने उदा का स्टिच कराया, ते आ सूट आ, ते आ इहदी सलवार प्लेन, ते आ इहदा दुपट्टा, ते आ सूट मैं पाया भी आई थिंक दो बार, ते आ सूट आ, आ भी मेरा फेवरेट सूट है, तो प्रॉपर वर्क होया है बहुत ज़्यादा सोहना है दुपट्टा, ये प्लाजो आ नॉर्मल ओपन प्लाजो जिदा खुला प्लाजो होता है, तो अपनी डिजाइनिंग कलैक्शन के हम दो तीन सूट रह गए जेड़े मेरे डिजाइन, तो आ सूट तुम चैक कर सकते हो बहुत ही ज़्यादा घेंट आ, सिंपल जहा फ्लावर्स का वर्क होया, आई थिंक बहुत रेयर इदा सूट मैं देखे है, तो ये प्लाजो आते प्लाजो पर भी नॉर्मल जहा वर्क होया है, तो आ दुपट्टा दुपट्टे तो नॉर्मल प्लेन लैस लगी आ, तो आ भी मैं वेयर किया जो मैं गड्डी नाल फर्स्ट फोटो पाई थी, वरना नाल फर्स्ट फोटो पाई थी उदों वेयर किया, तो अपनी डिजाइनर कलैक्शन खत्म हो चुकी है, रह गए शायद दो सूट, तो आ भी डिजाइनर आ डिजाइनर सूट आ, ये बाजू के वर्क आ, मैं याद नहीं मैं आला सूट कितों बाय किया, बाकी जिन्हें भी मैं तुम्हें डिजाइनर हले तक दिखाए आ सूट, और मैं हमने तुम्हें नाम दसन वाली हाँ कि वह कि बॉय किए कि बाय किए ताकि तुम भी जाके उतो लै सको। आ मेरी डिजाइनर कलैक्शन का लास्ट सूट आ जो कि मैं तुम्हें दिखाने लगी हाँ, तो मैं बहुत ज़्यादा पसंद है, आया इधर दुपट्टा फुल फुल आया दुपट्टा, आया इदा घग्गरा स्टाइल कह सकते हैं आप, प्लाजो ओपन प्लाजो बहुत ही ज़्यादा घेंट आ, बहुत ही ज़्यादा घेंट आई डिजाइनर कलैक्शन जी कि मैं तुम्हें तो दिखाती हाँ, तो आ जिन्हें भी मेरे डिजाइनर सूट सके ढेर चैक कर सकते हो कि आ जिन्हें भी सूट सके, आ जिन्हें भी सूट आको जगह जगह तो आए आ, सुई धागा बुटीक बाय किरण इंस्टाग्राम पे तुम उन्होंने फॉलो कर सकते हो, उन्होंने तो जो तुम इन्होंने कोई पसंद आया होएगा
ਤੇ ਤੁਸੀਂ ਉਹਨਾਂ ਨੂੰ ਫੋਲੋ ਕਰਕੇ ਬਾਏ ਕਰ ਸਕਦੇ ਹੋ ਉੱਥੋਂ। ਤੇ ਨੈਕਸਟ ਹੁਣ ਮੈਂ ਤੁਹਾਨੂੰ ਸ਼ੋਅ ਕਰਨ ਲੱਗੀ ਹਾਂ ਕੁੜਤੀਆਂ ਜਿਹੜੀਆਂ ਨਾਰਮਲ ਆ, ਮੈਂ ਬਾਏ ਨਾਰਮਲ ਬਾਏ ਕੀਤੀ ਸੀ, ਮੰਮਾ ਨੇ ਮੇਰੇ ਲਈ ਆਇਆ ਆ ਤੇ ਹੋਆ ਜਿਹੜਾ ਲਿਬਾਸ ਮੈਂ ਪਾਇਆ ਸੀਗਾ ਆ ਲਿਬਾਸ ਦੀ ਕਲੈਕਸ਼ਨ ਆ, ਲਿਬਾਸ ਚ ਮੈਂ ਪਾਇਆ ਸੀਗਾ, ਤੁਸੀਂ ਜਾ ਕੇ ਦੇਖ ਸਕਦੇ ਹੋ ਆ ਲਿਬਾਸ ਦੀ ਕਲੈਕਸ਼ਨ ਆ। ਤੇ ਆ ਪਲਾਜ਼ੋ ਤੇ ਉਹਦੇ ਨਾਲ ਆਹ ਸ਼ਰਟ ਸਕਰਟ ਟਾਈਪ ਨਹੀਂ ਫਰੋਕ ਟਾਈਪ ਸਕਰਟ, ਇਹ ਵੀ ਲਿਬਾਸ ਦੀ ਕਲੈਕਸ਼ਨ ਆ। ਅਸੀਂ ਲਿਬਾਸ ਹਾਂ ਅਭੀ ਲਿਬਾਸ ਦੀ ਕਲੈਕਸ਼ਨ ਸੀ। ਇਹਦੇ ਨਾਲ ਆਪ ਨਾਰਮਲ ਪਲਾਜ਼ੋ ਸੀ ਆਫ ਵਾਈਟ ਕਲਰ ਦਾ। ਤੇ ਹੁਣ ਜਿਹੜੇ ਨਾਰਮਲ ਸੂਟ ਮਤਲਬ ਕਿ ਨਾਰਮਲ ਵੇਅਰ ਕਰਨ ਲਈ, ਜਿਵੇਂ ਮੈਂ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਆ ਤੇ ਮੈਨੂੰ ਬਹੁਤ ਪਸੰਦ ਆ ਸਿੰਪਲ ਜਿਹੇ ਸੂਟ ਕੋਟਨ ਦੇ, ਮੈਨੂੰ ਬਹੁਤ ਵਧੀਆ ਲੱਗਦੇ ਆ। ਤੇ ਜਿਵੇਂ ਆਹ ਹੋ ਗਿਆ, ਇਹਦੇ ਨਾਲ ਆਹ ਸਲਵਾਰ ਆ ਆਫ ਵਾਈਟ ਚੈੱਕ ਕਲਰ ਦੀ, ਇਹਦੇ ਨਾਲ ਇੱਕੋ ਦੁਪੱਟਾ ਚੱਲਦਾ ਆ ਜਿਵੇਂ ਸਾਰੀਆਂ ਕੁੜੀਆਂ ਕਰਦੀਆਂ, ਮੈਂ ਵੀ ਉਦਾਂ ਹੀ ਕਰਦੀ ਹਾਂ। ਜਿੱਦਾਂ ਵਾਈਟ ਕਲਰ ਦੀ ਸਲਵਾਰ ਆ ਤੇ ਉਹਦੇ ਨਾਲ ਕੋਈ ਵੀ ਕਲਰਫੁਲ ਸ਼ਰਟ ਪਾ ਕੇ ਤੇ ਵਾਈਟ ਕਲਰ ਦਾ ਦੁਪੱਟਾ ਨਾਲ ਕੈਰੀ ਕਰ ਲਿਆ। ਤੇ ਆਹ ਵੀ ਸਿੰਪਲ ਜਿਹਾ ਸੂਟ ਆ, ਪਲੇਨ ਕੁੜਤੀ ਵਾਈਟ ਦੁਪੱਟਾ ਵਾਈਟ ਸਲਵਾਰ, ਤੇ ਆਹ ਵੀ ਵਾਈਟ ਕਲਰ ਦਾ ਸੂਟ ਆ, ਪਲੇਨ ਪਲੇਨ ਹੀ ਕਾਟਨ ਦੀ, ਪਤਾ ਨਹੀਂ ਕੀ ਕਹਿੰਦੇ ਉਹਨੂੰ, ਪਿਓਰ ਕਾਟਨ ਦੀ, ਪਿਓਰ ਕਾਟਨ ਪਤਾ ਨਹੀਂ ਕੀ ਕਹਿੰਦੇ, ਪਿਓਰ ਦੀ ਚੁੰਨੀ ਆ। ਤੇ ਵਾਈਟ ਕਲਰ ਦੀ ਸ਼ਰਟ ਆ ਤੇ ਵਾਈਟ ਕਲਰ ਦਾ ਪਲਾਜ਼ੋ। ਤੇ ਆ ਮੇਰੇ ਬੂਆ ਨੇ ਦਿੱਤਾ ਸੀ ਵੀਰੇ ਦੇ ਵਿਆਹ ਤੇ ਸੂਟ, ਆ ਉਹ ਆ ਬਲੂ ਕਲਰ ਦਾ, ਇਹ ਵੀ ਮੈਨੂੰ ਬਹੁਤ ਪਸੰਦ ਆ ਤੇ ਮੈਂ ਬਹੁਤ ਪਾਇਆ ਆ। ਤੇ ਆ ਮੰਮੀ ਦੀ ਪਸੰਦ ਆ ਪਿੰਕ ਕਲਰ ਦਾ ਸੂਟ, ਆ ਵੀ ਤੁਸੀਂ ਮੈਨੂੰ ਬਹੁਤ ਜ਼ਿਆਦਾ ਪਾਇਆ ਦੇਖਿਆ ਹੋ, ਬਹੁ ਬਹੁ ਤਾਂ ਨਹੀਂ ਆਊਗੀ ਇਹਦੇ ਵਿੱਚ। ਤੇ ਨੈਕਸਟ ਆ ਗ੍ਰੀਨ ਕਲਰ ਦਾ ਸੂਟ, ਹੁਣ ਥੋੜ੍ਹਾ ਟਾਈਮ ਪਹਿਲਾਂ ਮੈਂ ਪਾਇਆ ਸੀ ਪਿਓਰ ਦਾ ਦੁਪੱਟਾ, ਤੇ ਇਹਦੀ ਸ਼ਰਟ 'ਤੇ ਹੀ ਵਰਕ ਆ ਇੱਦਾਂ ਸਿੰਪਲ। ਤੇ ਪਲਾਜ਼ ਸਟਰੇਟ ਪਲਾਜ਼ੋ ਆ ਇਹਦੇ ਨਾਲ ਸਟਰੇਟ ਪਲਾਜ਼ੋ। ਤੇ ਆ ਮੰਮਾ ਦੀ ਪਸੰਦ ਦਾ ਸੂਟ, ਇਹਦਾ ਡਿਜ਼ਾਈਨਰ ਜਿਹਾ ਪਲਾਜ਼ੋ ਬੋਟਮ ਤੇ ਫਰੋਕ ਸਟਾਈਲ ਸ਼ਰਟ ਆਈ, ਗਰਮੀਆਂ 'ਚ ਬਹੁਤ ਜ਼ਿਆਦਾ ਕੰਫਰਟੇਬਲ ਆ। ਤੇ ਨੈਕਸਟ ਆ ਮਿਰਰ ਵਰਕ ਵਾਲਾ ਸੂਟ ਆ, ਨੋਰਮਲ ਆ ਵੀ, ਇਹਦੇ ਨਾਲ ਦੁਪੱਟਾ ਆ ਤੇ ਪਿੰਕ ਕਲਰ ਦੀ ਸਲਵਾਰ ਆ। ਜਿੱਦਾਂ ਬਾਕੀ ਕੁੜੀਆਂ ਦੀ ਕਦੀ ਚੁੰਨੀ ਕਦੀ ਸਲਵਾਰ ਗੁੰਮ ਜਾਂਦੀ ਹੈ, ਮੇਰੀ ਵੀ ਇਹਦੇ ਨਾਲ ਦੀ ਗੁੰਮ ਗਈ। ਤੇ ਆ ਸ਼ਰਟ ਆ ਦੁਪੱਟਾ ਆ ਪਲਾਜ਼ੋ। ਤੇ ਆ ਸ਼ਰਟ ਆ ਪਲਾਜ਼ੋ, ਚੁੰਨੀ ਆਪਾਂ ਗਮਾ ਲਈ ਪਤਾ ਨਹੀਂ ਕਿੱਥੇ। ਤੇ ਆ ਮੈਂ ਪਾਇਆ ਸੀ ਉੱਥੇ ਕਵਰ ਸੌਂਗ 'ਤੇ ਦੇਖਿਆ ਹੋਣਾ, ਆ ਸ਼ਰਟ ਆ ਦੁਪੱਟਾ ਆ ਦੁਪੱਟਾ ਆ ਪਲਾਜ਼ੋ। ਆ ਲਾਸਟ ਸੂਟ ਬਹੁਤ ਸਪੈਸ਼ਲ ਆ ਮੇਰੇ ਲਈ, ਮੈਂ ਬੜੇ ਸਪੈਸ਼ਲ ਡੇ 'ਤੇ ਪਾਇਆ ਸੀ। ਨਾਲ ਆ ਵਾਈਟ ਕਲਰ ਦੀ ਸ਼ਰਟ ਆ, ਤੇ ਨਾਲ ਆ ਵਾਈਟ ਕਲਰ ਦੀ ਸ਼ਰਟ ਆ ਤੇ ਨਾਲ ਰੈੱਡ ਕਲਰ ਦੀ ਸਾਟਨ ਕਹਿੰਦੇ ਆ ਉਹਨੂੰ, ਪਤਾ ਨਹੀਂ ਕੀ ਕਹਿੰਦੇ, ਚਮਕਣੀ ਚਮਕਣੀ ਜੀ ਚਮਕ ਚਮਕ ਜੀ ਵਾਲੀ ਦੁਪੱਟਾ ਸੀਗਾ ਭਾਰੀ ਜਿਹਾ, ਉਹ ਆ ਉਹ ਵੀ ਨਹੀਂ ਲੱਭਿਆ ਕਿੱਥੇ ਆ। ਤੇ ਆਇਆ ਆ ਦੁਪੱਟਾ ਪਤਾ ਨਹੀਂ ਕਿਹਦਾ ਆ, ਕਿਹੜੇ ਸੂਟ ਦਾ ਆਇਆ ਪਤਾ ਨਹੀਂ। ਤੇ ਆ ਦੁਪੱਟਾ ਉੱਪਰੋਂ ਥੱਲੇ ਗਿਆ। ਤੇ ਆਹ ਸੀਗਾ ਮੇਰਾ ਸੂਟ ਕਲੈਕਸ਼ਨ ਜੋ ਕਿ ਮੈਂ ਅੱਧਾ ਤੁਹਾਨੂੰ ਦਿਖਾ ਪਈ ਹਾਂ। ਤੇ ਬਹੁਤ ਜਲਦੀ ਬਾਕੀ ਦਾ ਵੀ ਸੂਟਸ ਮੈਂ ਤੁਹਾਨੂੰ ਸ਼ੋਅ ਕਰਾਂਗੀ ਪਾਰਟ 2 'ਚ, ਜਿਹਦੇ 'ਚ ਜਿਹੜੇ ਬਚੇ ਹੋਏ ਸੂਟ ਆ ਮੈਂ ਤੁਹਾਨੂੰ ਦਿਖਾ ਦਾਂਗੀ। ਅਤੇ ਆਹ ਜਿਹੜਾ ਸੂਟ ਆ ਆਹ ਵੀ ਡਿਜ਼ਾਈਨਰ ਕਲੈਕਸ਼ਨ 'ਚ ਸੂਟ ਆ, ਤੁਸੀਂ ਚੈੱਕ ਕਰ ਲਾ ਲਓ ਪਲਾਜ਼ੋ 'ਤੇ ਵਰਕ ਹੋਇਆ ਇਹ 'ਤੇ। ਅਤੇ ਅੱਜ ਮੈਂ ਝਾਂਜਰਾਂ ਵੀ ਪਾਈਆਂ ਹਾਂ ਕਿਉਂਕਿ ਅੱਜ ਮੈਂ ਝਾਂਜਰਾਂ ਵਾਲੇ ਗਾਣੇ 'ਤੇ ਰੀਲਸ ਬਣਾਈ ਸੀ ਇਸ ਕਰਕੇ। ਅਤੇ ਬਾਹਾਂ 'ਤੇ ਵਰਕ ਹੋਇਆ ਆਹ, ਮੈਂ ਸੂਈ ਧਾਗਾ ਬੁਟੀਕ ਬਾਏ ਕਿਰਨ ਦੀ ਤੋਂ ਦਿੱਤਾ ਆ, ਤੁਹਾਨੂੰ ਕਿਹਾ ਸੀ ਤੁਸੀਂ ਫੋਲੋ ਕਰ ਸਕਦੇ ਹੋ ਉਹਨਾਂ ਨੂੰ, ਮੈਂ ਇੰਸਟਾਗ੍ਰਾਮ ਆਈ ਡੀ ਮੈਨਸ਼ਨ ਕੀਤੀ ਸੀ ਉਹਨਾਂ ਦੀ। ਅਤੇ ਆਹ ਸੀਗਾ ਮੇਰਾ ਸੂਟ ਕਲੈਕਸ਼ਨ, ਅੱਧੇ ਕਾਹ ਪਏ ਆ ਅਤੇ
ਤਿਆ ਸੂਟ ਕਲੈਕਸ਼ਨ ਆ ਸ਼ੀਰੋ ਕਲੈਕਸ਼ਨ ਹੈ ਸ਼ੀਰੋ ਦਾ ਖਾਣਾ ਹਾਂ ਸ਼ੀਰੋ ਕਲੈਕਸ਼ਨ ਪਤਾ ਨਹੀਂ ਕੀ ਪ੍ਰੋਬਲਮ ਹੈ ਜੀ ਜਦੋਂ ਮੇਰੇ ਨਵੇਂ ਸੂਟ ਦੇਖਦੀ ਆ ਨਾ ਚਿੜ ਜਾਂਦੀ ਆ ਮੇਰੇ ਤੋਂ ਲਾਈਕ ਮੇਰੇ ਸੂਟਾਂ ਤੋਂ ਚਿੜਦੀ ਆ ਵੀ ਇੰਨੇ ਸੋਹਣੇ ਸੋਹਣੇ ਸੂਟ ਆ ਤੇ ਆ ਸੀਗਾ ਆਪਣਾ ਅੱਜ ਦਾ ਸੂਟ ਕਲੈਕਸ਼ਨ ਤੇ ਗਾਈਸ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਮਾਈ ਚੈਨਲ ਕਿਉਂਕਿ ਵਧੀਆ ਲੱਗਦਾ ਆ ਜਦੋਂ ਕੋਈ ਪੂਰੀ ਵੀਡੀਓ ਨੂੰ ਦੇਖ ਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਂਦਾ ਆ ਕਿਉਂਕਿ ਉਹਦੇ ਨਾਲ ਸਾਨੂੰ ਹਿੰਮਤ ਮਿਲਦੀ ਆ ਹੋਰ ਵੀਡੀਓਜ਼ ਬਣਾਉਣ ਦੀ ਅਤੇ ਇੱਕ ਬੂਸਟ ਮਿਲਦਾ ਆ ਤੁਹਾਨੂੰ ਕਿ ਲੋਕ ਤੁਹਾਨੂੰ ਪਸੰਦ ਕਰ ਰਹੇ ਆ ਅਤੇ ਕਿੰਨਾ ਪਿਆਰ ਕਰਦੇ ਆ ਉਹ ਦੇਖਣ ਨੂੰ ਮਿਲਦਾ ਆ ਯੈਸ ਥੈਂਕ ਯੂ ਸੋ ਮੱਚ ਨੈਕਸਟ ਵੀਡੀਓ 'ਚ ਸਰਪ੍ਰਾਈਜ਼ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਅਤੇ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ ਸਟੇ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਬਾਏ ਬਾਏ ਬਾਏ